ਦਿੱਤੀ। ਦੇਰ ਰਾਤ ਮੋਗਾ ਦੇ ਪਿੰਡ ਫਤਿਹਗੜ੍ਹ ਪੰਚਤੂਰ ਦੇ ਇੱਕ ਪਿੰਡ ਫਤਿਹਉੱਲਾ ਸ਼ਾਹ ਦੇ ਵਿੱਚ ਉਸ ਵੇਲੇ ਮਾਤਮ ਦਾ ਮਾਹੌਲ ਬਣ ਗਿਆ, ਜਦ ਇੱਕ ਮਾਮਾ ਨੇ ਆਪਣੀ 3 ਸਾਲ ਦੀ ਮਾਸੂਮ ਸਗੀ ਭਾਣਜੀ ਅਤੇ 12 ਸਾਲ ਦੇ ਵਿਕਲਾਂਗ ਸੌਤੇਲੇ ਭਾਣਜੇ ਦੀ ਕੁਹਾੜੀ ਦੇ ਨਾਲ ਕੱਟ ਕੇ ਹੱਤਿਆ ਕਰ ਦਿੱਤੀ ਹੈ। ਇਹਨਾਂ ਇਹ ਦੋਨੋਂ ਭਰਾ ਸੀ, ਧਰਮਜੀਤ ਤੇ ਲਵਜੀਤ ਦੋਨੇ। ਇਹ ਇਹਨਾਂ ਦੀ ਛੋਟੀ ਭੈਣ ਸੀ, ਖੇਡਦੀ ਪਈ ਸੀ। ਇਹਨਾਂ ਦੀ ਮਾਤਾ ਨੇ ਉਹਨੂੰ ਕੋਈ ਖਾਣ ਵਾਸਤੇ ਥੋੜ੍ਹੀ ਚੀਜ਼ ਦਿੱਤੀ ਅਤੇ ਉਹ ਜਦੋਂ ਚੀਜ਼ ਉਹਨੇ ਫੜਾਈ ਅਤੇ ਉਹਨੇ ਦੀ ਮਾਤਾ ਨੇ ਥੋੜ੍ਹੀ ਚੀਜ਼ ਵੀ ਫੜ ਲਈ ਚੋਂ। ਉਹ ਮੁੜ ਕੇ ਜਦੋਂ ਖਾਣ ਤਾਂ ਉਹਨੇ ਦੁਬਾਰਾ ਫਿਰ ਚੀਜ਼ ਮੰਗੀ ਅਤੇ ਉਹਨੇ ਲੜਕੀ ਨੂੰ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਆਖਿਆ ਵੀ ਬੱਚਿਆਂ ਨੇ ਵੀ ਤੂੰ ਇਹਨੂੰ ਵੀ ਨਾ ਮਾਰ, ਰਹਿਣ ਦੇ, ਤੂੰ ਚੀਜ਼ ਨਾ ਦੇ ਹੋਰ ਕੁਛ। ਇਹਨੇ ਧੱਕਾ ਮਾਰ ਕੇ ਬੱਚੇ ਨੂੰ ਥੱਲੇ ਡੇਕਤਾ। ਮੁੜ ਕੇ ਸ਼ੇਰ ਸਿੰਘ ਆ ਗਿਆ, ਉਹਨੇ ਸ਼ੇਰ ਸਿੰਘ ਨੇ ਆਣ ਕੇ ਆਖਿਆ ਵੀ ਤੂੰ ਕਿਉਂ ਲੜਦੇ। ਇਹ ਮੂਵੀ ਬਣਾਉਂਦਾ ਪਿਆ ਸੀ ਹੁੰਦੀ, ਉਹਨੇ ਇਹਦੇ ਕੋਲ ਮੋਬਾਈਲ ਖੋਹ ਕੇ ਚਲਾ ਦਿੱਤਾ ਪਾਸੇ ਥੋੜ੍ਹ ਦਿੱਤਾ। ਜਦੋਂ ਉਹਨੇ ਮੋਬਾਈਲ ਸੱਟਿਆ ਪਾਸੇ ਤਾਂ ਉਹਨੇ ਸ਼ੇਰ ਸਿੰਘ ਨੇ ਆਪਦੇ ਸਾਲੇ ਨੂੰ ਫੋਨ ਕੀਤਾ। ਮੁੜ ਕੇ ਸਾਲਾ ਅਤੇ ਸੱਸ ਦੋਵੇਂ ਆ ਗਏ ਨਹੀਂ ਇੱਥੇ। ਉਹਨਾਂ ਆਣ ਕੇ ਇੱਥੇ ਫਿਰ ਮੁੜ ਕੇ ਉਹਨੂੰ ਮੁੰਡੇ ਨੂੰ ਕੁਹਾੜੀ ਮਾਰੀ ਅਤੇ ਕੁੜੀ ਨੂੰ ਕੁਹਾੜੀ ਮਾਰੀ। ਕੁੜੀ ਦੀ ਮੌਤ ਹੋ ਗਈ, ਮੁੰਡੇ ਦੀ ਮੌਤ ਹੋ ਗਈ। ਕਿੰਨੀ ਉਮਰ ਬੱਚੇ? ਬੱਚੇ ਉਹਦੀ 12 ਸਾਲ ਦੀ ਮੁੰਡੇ ਦੀ ਉਮਰ ਅਤੇ ਜਿਹੜੀ ਲੜਕੀ ਉਹਦੀ 2.5 ਸਾਲ ਦੀ ਉਮਰ ਹੈ। ਇਹ ਦੋਨੋਂ ਬੱਚੇ ਹੈਂਡੀਕੈਪ ਸੀਗੇ, ਇਹਨਾਂ ਦੋਵਾਂ ਦੇ ਧੜ ਮਾਰੇ ਹੋਏ ਥੱਲਿਓਂ, ਯਾਨੀ ਕਿ ਖਤਮ ਹੋ ਗਏ ਸੀ। ਦੋਨੋਂ ਹੈਂਡੀਕੈਪ ਸੀ? ਹੈਂਡੀਕੈਪ ਸੀ। ਫਿਰ ਵੀ ਆਪਣੀ ਸੌਤੇਲੀ ਭੈਣ ਦਾ ਕਰਦੇ? ਹਾਂ ਬਿਲਕੁਲ ਜੀ, ਬਿਲਕੁਲ ਉਹਨਾਂ ਦਾ ਬਹੁਤ ਪਿਆਰ ਕਰਦੇ ਉਹਨਾਂ ਨਾਲ ਜੀ। ਅਤੇ ਇਹਦੀ ਮਾਤਾ ਨੇ ਜੋ ਕਿ ਕਰਾਇਆ, ਦੀ ਮਾਤਾ ਤਿੰਨ ਦਿਨ ਸਾਲੇ ਨੇ ਕੀਤੀ, ਕਈ ਗੱਲਾਂ ਕਰਦੇ ਮਾੜੀ ਹੋਈ। ਵੀਡੀਓ ਕਿਸਨੇ ਬਣਾਈ ਸੀ? ਰਿਕਾਰਡਿੰਗ ਕੱਲੀ ਕੀਤੀ ਆਵਾਜ਼। ਕਿਹਨੇ ਕੀਤੀ ਸੀ? ਮੈਂ ਕੀਤੀ। ਮੈਨੂੰ ਬਾਹਰ ਚੁੱਕ ਕੇ ਥੱਲੇ ਮਾਰਿਆ, ਦਿਖਾਈ ਕਿਉਂ, ਡੈਡੀ ਨੂੰ ਦਿਖਾਉਣ ਕਿਉਂ ਲੱਗੇ, ਮੋਬਾਈਲ ਖੋ ਕੇ ਪਰਾਂ ਮਾਰਿਆ। ਅੱਛਾ, ਉਦੋਂ ਬਾਅਦ ਕੀ ਹੋਇਆ? ਅੱਜ ਕੀ ਹੋਇਆ? ਅੱਜ ਦੀ ਗੱਲ ਏ। ਅੱਛਾ, ਅੱਜ ਕਿਵੇਂ ਮਾਰਿਆ ਫਿਰ? ਉਸ ਤੋਂ ਬਾਅਦ ਕਿਵੇਂ ਮਾਰਿਆ ਉਹਨੂੰ? ਤੋ ਮੌਕੇ 'ਤੇ ਪਹੁੰਚੇ ਹਾਂ ਅਭੀ, ਤੋ ਜੋ ਪ੍ਰਿਲਿਮਨਰੀ ਪੜਤਾਲ ਮੇਂ ਜੇ ਪਤਾ ਚਲਾ ਕਿ ਇਨਕੇ ਘਰ ਮੇਂ ਕੁਛ ਝਗੜਾ ਹੁਆ, ਤੋ ਜੋ ਬੰਦੇ ਬੱਚੇ ਥੇ ਉਨਕੀ ਮਾਂ ਔਰ ਉਨਕਾ ਜੋ ਮਾਮਾ ਹੈ ਔਰ ਉਨਕੇ ਬਾਪ ਕੇ ਸਾਥ ਆਪਸ ਮੇਂ ਝਗੜੇ ਕੇ ਕਾਰਨ ਜੋ ਦੋ ਬੱਚੇ ਹੈ ਉਨਕਾ ਮਰਡਰ ਹੁਆ, ਤੋ ਉਸਮੇਂ ਅਭੀ ਪੜਤਾਲ ਕਰ ਰਹੇ ਹੈ। ਪੜਤਾਲ ਕਰਕੇ ਜੈਸੇ ਵੀ ਹੋਗਾ, ਜੋ ਵੀ ਅਸਲ ਕਲਪਿਟ ਹੈ ਉਨਕੋ ਬੁੱਕ ਕੀਆ ਜਾਏਗਾ। ਤੋ ਸਰ, ਬੱਚੇ ਕਿਤਨੀ ਉਮਰ ਕੇ ਥੇ? ਬੱਚੇ ਇੱਕ ਲੜਕੀ ਥੀ ਜੋ 2.5 ਸਾਲ ਕੀ ਹੈ ਔਰ ਇੱਕ ਲੜਕਾ ਜੋ ਤਕਰੀਬਨ 7-8 ਸਾਲ। ਤੋ ਸਰ, ਬਤਾਇਆ ਜਾ ਰਿਹਾ ਕਿ ਬੱਚਾ ਜੋ ਲੜਕਾ ਹੈ ਵੋ ਅਪਾਹਿਜ ਥਾ? ਹਾਂ, ਲੜਕੇ ਦੋਨੇ ਅਪਾਹਿਜ ਹੈ, ਦੋਨੋਂ ਲੜਕੇ ਅਪਾਹਿਜ ਹੈ। ਦੋਨੋਂ ਲੜਕੇ ਜੋ ਹੈ ਵੋ ਦੂਸਰੀ ਸ਼ਾਦੀ ਸੇ ਹੈ, ਦੂਸਰੀ ਉਨਕੀ ਮਦਰ ਕੀ ਡੈਥ ਹੋ ਚੁੱਕੀ ਹੈ ਔਰ ਅਭੀ ਇਸ ਬੰਦੇ ਨੇ ਦੁਬਾਰਾ ਸ਼ਾਦੀ ਕੀ ਥੀ, ਉਸ ਸੇ ਜੇ ਬੱਚੀ ਪੈਦਾ ਹੋਈ। ਤੋ ਸਰ, ਕਿਸੇ ਕੈਸੇ ਮਾਰਾ ਗਿਆ ਸਰ? ਸ਼ਾਰਪੈਚ ਕੁਵਾੜੀ ਕੇ ਸਾਥ, ਕੁਵਾੜੀ ਹੈ ਜੋ ਯਹਾਂ ਸੇ ਮੌਕੇ ਸੇ ਹੀ ਬਰਾਮਦ ਹੋਈ ਹੈ, ਉਸ ਸੇ ਮਰਡਰ ਹੋ। ਇਨ ਬੱਚੋਂ ਕੋ ਮਾਰਾ ਕਿਸਨੇ ਸਰ? ਅਭੀ ਜੋ ਪ੍ਰਿਲਿਮਨਰੀ ਇਨਕੁਆਇਰੀ ਸੀ ਜੀ, ਪਤਾ ਚਲਾ ਕਿ ਉਨਕੀ ਜੋ ਲੜਕੀ ਕੀ ਜੋ ਅਭੀ ਜੋ ਮਦਰ ਹੈ ਔਰ ਉਨਕਾ ਉਸਕਾ ਭਾਈ ਜੋ ਹੈ ਉਨਕਾ ਝਗੜਾ ਹੁਆ ਔਰ ਉਹਨੇ ਇਸ ਕੋ ਮਾਰਾ। ਤੋ ਸਰ, ਕਾਰਨ ਕਿਆ ਰਹਾ ਸਰ? ਕਾਰਨ ਅਭੀ ਪੁੱਛ ਪੜਤਾਲ ਕਰੇਂਗੇ, ਉਸ ਸੇ ਕਲੀਅਰ ਹੋਗਾ ਕਿਆ ਹੈ ਇਸਕੇ ਪਿੱਛੇ ਬੇਸਿਕ ਕਿਆ। ਸਰ, ਮਾਰਨੇ ਵਾਲੇ ਯਹੀਂ ਕੁਛ ਪਕੜੇ ਗਏ ਜਾਂ ਕੈਸੇ? ਹਾਂ, ਉਨਸੇ ਪੁੱਛਤਾਛ ਕਰ ਰਹੇ ਹੈਂ, ਅਭੀ ਘਰ ਮੇਂ ਹੀ ਹੈ, ਐਸੇ ਹਾਜ਼ਰ ਹੀ ਹੈ। ਤੋ ਸਰ, ਕਿਆ ਕਾਰਵਾਈ ਕੀ ਆਪਕੀ? ਅਭੀ ਇਸਕੋ ਕਲੀਅਰ ਕਰਕੇ, ਇਸਕਾ ਕੇਸ ਰਜਿਸਟਰ ਕਰਕੇ, ਜੋ ਵੀ ਕਲਪਰੇਟ ਹੈ ਉਸਕੇ ਉੱਪਰ ਕਰ ਦਿੱਤਾ। ਦੋਨੋਂ ਬੱਚੋਂ ਕੋ ਸਰ ਕੁਲਾੜੀ ਸੇ ਮਾਰਾ ਗਿਆ? ਹਾਂ, ਦੋਨੋਂ। ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।
Audio Jungle.